ਸੱਚਰੀਏ ਕਾਲ ਦੋਸਤੋ ਮੈਂ ਚਰਨਜੀਤ ਸਿੰਘ ਸੰਤਪੁਰੀਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੂੜੀ ਦੇ ਰੇਟਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਉਣਾ ਹੈ ਤੂੜੀ ਦੀਆਂ ਮੰਡੀਆਂ ਕੀ ਕਹਿੰਦੀਆਂ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਸ ਮੰਡੀ ਦੇ ਵਿੱਚ ਕਿੰਨਾ ਰੇਟ ਆਪਾਂ ਨੂੰ ਦੇਖਣ ਨੂੰ ਮਿਲਿਆ ਤੂੜੀ ਦਾ ਇਸ ਵੀਡੀਓ ਦੇ ਵਿੱਚ ਅੱਗੇ ਜਿਹੜੀ ਤੁਹਾਨੂੰ ਜਾਣਕਾਰੀ ਮਿਲੇਗੀ ਸਭ ਤੋਂ ਪਹਿਲਾਂ ਜਿਹੜੇ ਕੁਝ ਨਵੇਂ ਫਾਰਮਰ ਕਿਸਾਨ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਾਓ ਤੇ ਨਾਲ ਜਿਹੜਾ ਇੱਕ ਬੈਲ ਵਾਲਾ ਬਟਨ ਹੈ ਉਹਨੂੰ ਵੀ ਦਬਾ ਦਿਓ ਤਾਂ ਜੋ ਹੋਰ ਵੀ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੂੜੀ ਦੇ ਰੇਟਾਂ ਦੇ ਵਿੱਚ ਮੰਡੀਆਂ ਦੇ ਵਿੱਚ ਜਿਹੜੀ ਇਹ ਦੇਖਣ ਨੂੰ ਮਿਲੀਏ ਪਿਛਲੇ ਦਿਨਾਂ ਦੌਰਾਨ ਵੀ ਤੇ ਹੁਣ ਵੀ ਫਿਲਹਾਲ ਚੋਨੇ ਦਾ ਸੀਜ਼ਨ ਚੱਲੀ ਜਾਂਦਾ ਹੈ ਪਰ ਸੀਜ਼ਨ ਹੋਣ ਦੇ ਬਾਵਜੂਦ ਵੀ ਰੇਟ ਜਿਹੜਿਆ ਕਾਫੀ ਠੀਕ ਠਾਕ ਬਹੁਤ ਜ਼ਿਆਦਾ ਵਧੀਆ ਰੇਟ ਚੱਲੀ ਜਾਂਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਰੇਟ ਵਧਣ ਦੀ ਸੰਭਾਵਨਾ ਹੈਗੀ ਹੈ ਜਾਂ ਨਹੀਂ ਹੈਗੀ ਉਹ ਆਪਾਂ ਅੱਗੇ ਗੱਲ ਕਰਦੇ ਹਾਂ ਪਰ ਹੁਣ ਫਿਲਹਾਲ ਆਪਾਂ ਨੂੰ ਕਿਹੜੀ ਮੰਡੀ ਦੇ ਵਿੱਚ ਕਿੰਨਾ ਰੇਟ ਜਿਹੜਾ ਤੂੜੀ ਦਾ ਦੇਖਣ ਨੂੰ ਮਿਲੀ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਭ ਤੋਂ ਪਹਿਲੇ ਨੰਬਰ ਤੇ ਮੈਂ ਆਪਣੇ ਹੀ ਜ਼ਿਲ੍ਹੇ ਦੀ ਗੱਲ ਕਰਦਾ ਹਾਂ ਅਮਰਸਰ ਦੀ ਸਾਡੇ ਜ਼ਿਲ੍ਹੇ ਦੇ ਵਿੱਚ 575 ਰੁਪਏ ਪ੍ਰਤੀ ਕੁਆਂਟਲ ਜਿਹੜਾ ਤੂੜੀ ਦਾ ਰੇਟ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਮਾਨਸੇ ਦੇ ਵਿੱਚ ਤੂੜੀ ਦਾ ਰੇਟ ਜਿਹੜਾ ਬਾਜ਼ਾਰ ਦੇ ਵਿੱਚ 500 ਰੁਪਏ ਲੱਗਾ ਹੈ ਪਿਛਲੇ ਦਿਨਾਂ ਦੌਰਾਨ ਮੁਕਸਰ ਦੇ ਵਿੱਚ 525 ਰੁਪਏ ਫਿਰੋਜ਼ਪੁਰ ਦੇ ਵਿੱਚ 550 ਮਲੇਰ ਕੋਟਲੇ ਦੇ ਵਿੱਚ 500 ਰੁਪਏ ਅੰਬਾਲੇ ਦੇ ਵਿੱਚ 575 ਰੁਪਏ ਸੰਗਰੂਰ ਦੇ ਵਿੱਚ 575 ਰੁਪਏ ਜੀਰੇ ਦੇ ਵਿੱਚ 580 ਰੁਪਏ ਬਟਾਲੇ ਦੇ ਵਿੱਚ 500 ਰੁਪਏ ਫਰੀਦਕੋਟ ਦੇ ਵਿੱਚ 540 ਰੁਪਏ ਲੁਧਿਆਣੇ ਦੇ ਵਿੱਚ 600 ਰੁਪਏ ਜਿਹੜਾ ਆਪਾਂ ਨੂੰ ਤੂੜੀ ਦਾ ਰੇਟ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਵਧੀਆ ਪਟਿਆਲੇ ਦੇ ਵਿੱਚ 550 ਰੁਪਏ ਕਪੂਰਥਲੇ ਦੇ ਵਿੱਚ 575 ਰੁਪਏ ਮੋਗੇ ਦੇ ਵਿੱਚ 625 ਰੁਪਏ ਤੱਕ ਤੂੜੀ ਦਾ ਰੇਟ ਜਿਹੜਾ ਚੱਲਿਆ ਗਿਆ ਇਹਨਾਂ ਦਿਨਾਂ ਦੌਰਾਨ ਹਾਲਾકી ਇਹਨਾਂ ਦਿਨਾਂ ਦੇ ਵਿੱਚ ਪਰਾਲੀ ਵੀ ਨਾਲ ਚੱਲੀ ਜਾਂਦੀ ਹੈ ਪਰ ਫਿਰ ਵੀ ਇਹਦੇ ਰੇਟ ਜਿਹੜਾ ਤੂੜੀ ਦੇ ਇਹਨੇ ਜਿਆਦਾ ਵਧੀਆ ਆਪਾਂ ਨੂੰ ਇਹਨਾਂ ਦਿਨਾਂ ਦੌਰਾਨ ਦੇਖਣ ਨੂੰ ਮਿਲ ਜਾਂਦੇ ਨੇ ਹੁਸ਼ਿਆਰਪੁਰ ਦੇ ਵਿੱਚ ਤੂੜੀ ਦਾ ਰੇਟ ਜਿਹੜਾ 590 ਰੁਪਏ ਪ੍ਰਤੀ ਕੁਆਂਟਲ ਲੱਗਾ ਹੈ ਫਤਿਹਗੜ ਦੇ ਵਿੱਚ 500 ਰੁਪਏ ਤਰਨਦਾਰਨ ਦੇ ਵਿੱਚ 560 ਰੁਪਏ ਪਠਾਨਕੋਟ ਦੇ ਵਿੱਚ 600 ਰੁਪਏ ਫਾਜ਼ਿਲਕਾ ਦੇ ਵਿੱਚ 620 ਰੁਪਏ ਪ੍ਰਤੀ ਕੁਆਂਟਲ ਤੂੜੀ ਜਿਹੜੀ ਇਹਨਾਂ ਦਿਨਾਂ ਦੌਰਾਨ ਵਿਕੀਏ ਜਦ ਕਿ ਇਹਨਾਂ ਦਿਨਾਂ ਦੇ ਵਿੱਚ ਪਰਾਲੀ ਵੀ ਬਹੁਤ ਜ਼ਿਆਦਾ ਬਾਜ਼ਾਰ ਦੇ ਵਿੱਚ ਚੱਲੀ ਜਾਂਦੀ ਏ ਤੂੜੀ ਦੇ ਰੇਟ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਚੰਗੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ 11 एकड़ ਦਾ ਰਕਬਾ ਜਿਹੜਾ ਕਟਿਆ ਇਸ ਵਾਰੀ 11 एकड़ ਕੱਟ ਜਿਹਦੇ ਕਾਰਨ ਪਰਾਲੀ ਥੋੜੀ ਵਿਕਣੀ ਹੈ ਬਾਜ਼ਾਰ ਦੇ ਵਿੱਚ ਪਰਾਲੀ ਥੋੜੀ ਜਾਵੇਗੀ ਤੂੜੀ ਦੀ ਵੀ ਇਸ ਵਾਰੀ ਕਿਲਤ ਆ ਸਕਦੀ ਏ ਤੇ ਆਪਾਂ ਨੂੰ ਰੇਟ ਜਿਹੜੇ ਆ ਚੰਗੇ ਦੇਖਣ ਨੂੰ ਮਿਲ ਸਕਦੇ ਨੇ ਤੂੜੀ ਦੇ ਜੇ ਆਪਾਂ ਥੋੜਾ ਜਿਹਾ ਸਬਰ ਕਰਦੇ ਆਂ ਤੇ ਆਪਾਂ ਨੂੰ ਰੇਟ ਸੋਹਣੇ ਦੇਖਣ ਨੂੰ ਮਿਲ ਲਗੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕੀ ਰੇਟ ਰਹਿਣਗੇ ਜਦੋਂ ਰੇਟ ਵਧਣਗੇ ਤਾਂ ਉਦੋਂ ਆਪਾਂ ਫਿਰ ਤੋਂ ਇੱਕ ਵੀਡੀਓ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਉਹਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਦੇਖਣ ਤੋਂ ਬਾਅਦ ਦੇ ਵਿੱਚ ਸ਼ੇਅਰ ਵਾਲਾ ਬਟਨ ਜਿਹੜਾ ਜ਼ਰੂਰ ਨ ਤੱਕ ਵੀ ਇਹਨਾਂ ਰੇਟਾਂ ਦੀ ਜਾਣਕਾਰੀ ਜਿਹੜੀ ਆ ਸਹੀ ਪਹੁੰਚ ਸਕੇ ਵੀਡੀਓ ਨੂੰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ